लो जी, अज असी पंजाब दे जिस पिंड विच आए बैठे हाँ, इहदा नाम हैगा जी चक 299 जीमबे। इहनूं तहसील लगदी है गोजरा ते ज़िला लगदा है टोबा टेक सिंह। साडे नाल इत्थे एक बजुर्ग मौजूद ने जिन्हां ने सन 1947 दा वेला अपनी अखां दे नाल वेख्या ते ओह वेला इहनां ने अपने जुस्से ते अपनी रूह ते हंडाया। इहनां ने की कुछ वेख्या, चलो असी हुण बजुर्गां दे नाल गल्लबात शुरू करदे हाँ। बाबे अपना नाम दस्सिओ। ਮੇਰਾ ਨਾਮ ਹੈਗਾ ਜੀ ਮੁਹੰਮਦ ਰਾਣਾ। ਤੇ ਅੱਬਾ ਜੀ ਦਾ ਨਾਮ? ਸੁਲੇਮਾਨ। ਤੇ ਦਾਦਾ ਜੀ ਦਾ ਨਾਮ? ਕੇਸਰ। ਅੱਛਾ, ਆਪਣਾ ਪਿਛੋਕੜ ਦਾ ਕਿਹੜਾ ਪਿੰਡ ਸੀ? ਦੁਆਬਾ। ਅੱਛਾ, ਦੁਆਬੇ ਨੂੰ ਕਿਹੜੀ ਤਹਿਸੀਲ ਤੇ ਕਿਹੜਾ ਜ਼ਿਲ੍ਹਾ ਲੱਗਦਾ ਸੀ? ਉਹ ਯਾਰ ਜ਼ਿਲ੍ਹਾ ਲੁਧਿਆਣਾ ਲੱਗਦਾ, ਥਾਣਾ ਸਾਹਨੇਆਲ ਸੀ। ਥਾਣਾ ਸਾਹਨੇਆਲ? ਅੱਛਾ, ਥਾਣਾ ਡਾਕਖਾਨਾ ਕੂਬ ਸਾਡੇ ਦੌਰ 'ਚ। ਅੱਛਾ, ਹੁਣ ਤੂੰ ਮੇਰੇ ਨਾਮ ਪੁੱਛ ਲਾ ਚਬਾਰਾ ਦੇ। ਤੇ ਉਹ ਇਹ ਦੱਸੋ ਪਹਿਲਾਂ ਕਿ ਤੁਹਾਡਾ ਪਿੰਡ ਦੁਆਬਾ ਸੀਗਾ? ਹਾਂਜੀ। ਦੁਆਬੇ ਦੇ ਆਲੇ ਦੁਆਲੇ ਕਿਹੜੇ ਪਿੰਡਾਂ ਦੇ ਨਾਂ ਯਾਦ ਜੇ ਕੋਈ? ਹਾਂ, ਸਾਰੇ ਯਾਦ ਆ। ਦੱਸੋ। ਉਹ ਨਹੀਂ, ਚੁੱਪ ਕਰ। ਦੁਆਬਾ ਸਾਡਾ ਪਿੰਡ। ਹਾਂਜੀ। ਸਾਲੂ ਵਾਲੀ ਭੈਣੀ। ਹਾਂਜੀ। ਨੱਥੂ ਵਾਲੀ ਭੈਣੀ। ਅੱਛਾ। ਕਾਹੀ ਵਾਲੀ ਭੈਣੀ। ਠੀਕ ਹੈ। ਕੀਮੇ ਵਾਲੀ ਭੈਣੀ। ਅੱਛਾ, ਹਾਂ, ਬੜੀ ਗੱਲ ਆ ਜੀ। ਅੱਛਾ, ਤੇ ਆਪਣੀ ਬਰਾਦਰੀ ਕਿਹੜੀ ਹੈ? ਗੁੱਜਰ। ਅੱਛਾ, ਤੇ ਤੁਹਾਡੇ ਪਿੰਡ ਵਿੱਚ ਕਿਹੜੀ ਕਿਹੜੀ ਬਰਾਦਰੀਆਂ ਦੇ ਲੋਕ ਬੈਠੇ ਸਨ ਉੱਥੇ? ਹਾਂਜੀ, ਉੱਥੇ ਸੀਗੇ ਸਾਰੇ ਗੁੱਜਰ ਜਮਾਤ ਸੀ, ਬਾਕੀ 4-5 ਘਰ ਸੀਗੇ ਜਪੂਤਾ ਦੇ। ਅੱਛਾ, ਬਹੁਤੇ ਮੁਸਲਮਾਨ ਸੀ ਪਿੰਡ? ਸਾਰੇ ਮੁਸਲਮਾਨ ਸੀ, ਜਪੂਤਾ ਦੇ ਘਰ ਸੀ, ਬਸ ਚਮਾਰ ਦੇ ਸੀ, ਹੋਰ ਕੋਈ ਨਹੀਂ ਸੀ। ਅੱਛਾ, ਉਹ ਚਮਾਰਾਂ ਦੇ ਨਾਂ ਕੋਈ ਯਾਦ ਜੇ? ਚਮਾਰਾਂ ਦੇ ਨਾਂ ਯਾਦ ਆ। ਹਾਂਜੀ, ਦੱਸੋ। ਉਹ ਸੀਗਾ, ਹੁਣ ਸੁਣ ਲਾ, ਨਾਮਾ। ਅੱਛਾ, ਚਾਨਣ ਨਾਮਾ, ਚਾਨਣ ਦੋਏ ਭਾਈ ਸੀ। ਅੱਛਾ, ਉਹਦਾ ਮੁੰਡਾ ਸੀਗਾ ਬਚਨਾ। ਅੱਛਾ, ਇੱਕ ਜਿਹੜਾ ਸੀਗਾ ਚਾਨਣ, ਉਹਦਾ ਮੁੰਡਾ ਸੀਗਾ ਸਾਧੂ। ਅੱਛਾ, ਇੱਕ ਦਾ ਸੀਗਾ ਪਿਆਰਾ। ਅੱਛਾ, ਨਾ ਧਰਮਾ। ਧਰਮਾ, ਧਰਮਾ ਜਮਾਤ ਦੇ ਪੁੱਤ ਦਾ ਦੋਏ ਸਕੇ ਭਾਈ ਸੀ, ਜੇਕਰ ਹੁਣੇ ਗਾਹਾਂ ਆਏ ਪੋਤੇ ਪੋਤੋਆ। ਅੱਛਾ, ਹਾਂਜੀ, ਜਪੂਤਾਂ ਦਾ ਪਿੰਡ ਸੀ ਦੁਆਬਾ, ਉਹੀ ਦੁਆਬੇ ਦੇ ਵਿੱਚ ਜਿਹੜੇ ਸੀਗੇ ਜਪੂਤ ਸੀਗੇ, ਬਾਕੀ 4-5 ਘਰ ਬਾਕੀ ਜਿੰਨੇ ਸੀਗੇ ਸਾਰੇ ਮੁਸਲਮਾਨ ਸੀ। ਅੱਛਾ, ਅੱਜ ਤੁਹਾਨੂੰ ਭੈਣੀਆਂ ਦੇ ਨਾਲ ਦੱਸ ਦਿੱਤੇ। ਠੀਕ ਆ, ਹਾਂਜੀ। ਹੁਣ ਤੇ ਆਪਣੇ ਨਾਨਕਾ ਪਿੰਡ ਦੱਸੋ। ਆਪਣੇ ਨਾਨਕਾ ਪਿੰਡ ਦੱਸੋ। ਨਾਨਕਾ ਪਿੰਡ ਸੀਗਾ ਕੀਮੇ ਵਾਲੀ ਭੈਣੀ। ਅੱਛਾ, ਤੇ ਤੁਹਾਡੇ ਨਾਨਾ ਜੀ ਦਾ ਕੀ ਨਾਂ ਸੀ? ਮੇਰੇ ਨਾਨੇ ਨਾਲ ਸੀਗਾ ਇਹਦਾ ਨੰਬਰਦਾਰ ਸੀ ਉਹ। ਅੱਛਾ, ਹਾਂਜੀ। ਅੱਛਾ, ਹੁਣ ਤੁਸੀਂ ਆਪਣੇ ਪਿੰਡ ਦੁਆਬੇ ਆ ਲਾਓ ਫਿਰ। ਅੱਛਾ, ਤੇ ਦੁਆਬੇ ਵਿੱਚ ਨੰਬਰਦਾਰ ਹੈ ਸੀ ਕੋਈ? ਦੁਆਬੇ ਵਿੱਚ ਨੰਬਰਦਾਰ ਸੀਗਾ ਸਾਡਾ ਦਾਦਾ ਸੀ ਸਿਰਬਰਾ ਕੇਸਰ। ਅੱਛਾ, ਜੇਕਰ ਮੈਂ ਆਪਣੀ ਤੈਨੂੰ ਦੇ ਦੇਵਾਂ ਵੀ ਮੇਰਾ ਪੋਤਿਆ ਭਤੀਜਾ ਵਾ। ਠੀਕ ਆ। ਖੈਰੂ ਨੰਬਰਦਾਰ ਸੀ, ਉਹਦੀ ਨੰਬਰਦਾਰ ਸੀ, ਸਾਡਾ ਦਾਦਾ ਸਿਰਬਰਾ ਸੀ, ਜੇਕਰ ਮੈਂ ਆਪਣੀ ਚੀਜ਼ ਤੈਨੂੰ ਦੇ ਦੇਵਾਂ। ਠੀਕ ਆ, ਹਾਂਜੀ। ਹੁਣ ਤੇ ਹੋਰ ਪਿੰਡ ਦੇ ਕੋਈ ਮਸ਼ਹੂਰ ਮਸ਼ਹੂਰ ਬੰਦਿਆਂ ਦੇ ਨਾਂ ਦੱਸੋ। ਮਸ਼ਹੂਰ ਬੰਦਾ ਮੇਰੇ ਦਾਦੇ ਦੇ ਸਭਾ, ਹੋਰ ਕੋਈ ਬੰਦਾ ਮਸ਼ਹੂਰ ਹੈ ਹੀ ਨਹੀਂ ਸੀ। ਅੱਛਾ, ਹਾਂ, ਮੇਰਾ ਦਾਦਾ ਸੀ ਅੱਖਾਂ ਤੋਂ ਬਸ਼ੀਰ ਸੀ, ਉਹਦੀ ਛੋਟੀ 'ਤੇ ਕੰਮ ਹੁੰਦਾ ਸੀ, ਅਤੇ ਵਾਹਵਾ ਗੱਲਬਾਤ ਉਹਨਾਂ ਦੀ ਚੱਲਦੀ ਸੀ। ਮੈਂ ਕਹਿੰਦਾ ਜੀ ਛੱਡ ਗੱਲਾਂ ਦੇ, ਇਲਾਕਾ ਜੀ ਕੋਲ ਆਪਾਂ ਬੈਂਕ 'ਚੋਂ ਪੈਸੇ ਨਹੀਂ ਕਢਾਉਂਦੇ। ਹਾਂਜੀ, ਖੱਤਰੀ ਪੈਸੇ ਦਿੰਦਾ ਸੀ ਹਿੰਦੂ। ਅੱਛਾ, ਉਹ ਮੇਰੇ ਦਾਦੇ ਨੂੰ ਕਹਿਣ ਲੱਗਾ ਵੀ ਤੇਰੇ ਔਲਾਦ ਹੈ ਨਹੀਂ, ਵੀ ਤੂੰ ਪੈਸੇ ਕਢਾ ਕੇ ਦੇਈ ਜਾਂਦਾ ਵੀ ਜੇ ਮੂਹਰੇ ਕੋਈ ਮੁੱਕ ਜਾਵੇ। ਉਹਨੇ ਕਿਹਾ ਕੋਈ ਨਹੀਂ, ਅੱਲਾ ਦੀ ਸ਼ਬਰ। ਅੱਛਾ, ਮੇਰੇ ਦਾਦੇ ਦਾ ਨਾਂ ਚੱਲਦਾ ਸੀ। ਅੱਛਾ, ਉਹ ਆਇਆ ਸੀ ਇੰਡੀਆ 'ਚ, ਮੋਗਾ ਸ਼ਹਿਰ ਆ ਇੰਡੀਆ 'ਚ ਮੋਗਾ। ਹਾਂਜੀ, ਉਹਨਾਂ ਨੇ ਕਿਹਾ ਵੀ ਤੇਰੀ ਲਾਈਟ ਨਹੀਂ ਬਣਨੀ, ਤੇਰੀ ਪਿੱਛੋਂ ਲਾਈਟ ਆਪ ਵੱਧ ਗਈ। ਅੱਛਾ, ਅੱਖਾਂ ਦੀ। ਅੱਛਾ ਅੱਛਾ, ਹਾਂਜੀ। ਤੇ ਅਸੀਂ ਜਿਸ ਪਿੰਡ ਵਿੱਚ ਬੈਠੇ ਹਾਂ ਚੱਕ 299 ਜੀਮਬੇ, ਹਾਂਜੀ, ਇਹਦੇ ਕੋਈ ਆਲੇ ਦੁਆਲੇ ਦੇ ਪਿੰਡਾਂ ਦੇ ਨਾਂ ਦੱਸੋ। ਇਹਦੇ ਆਲੇ ਦੁਆਲੇ ਦੇ ਪਿੰਡ 301 ਆ ਦੇ। ਹਾਂਜੀ, ਆ 300 ਪੂਰਾ। ਹਾਂਜੀ, ਆ 98। ਹਾਂਜੀ, ਇਹ ਆ 373 ਪੈਂਦੇ ਵਾਲਾ। ਅੱਛਾ, ਬੁੱਝਿਆਂ ਵਾਲੀ। ਠੀਕ ਆ। ਆਪਣੇ ਪਿੰਡ ਵਿੱਚ ਕੋਈ ਮੇਲਾ ਵੀ ਲੱਗਦਾ ਹੁੰਦਾ ਸੀ? ਨਹੀਂ, ਸਾਡੇ ਲੁਧਿਆਣੇ ਰੋਸ਼ਨੀ ਲੱਗਦੀ ਸੀ। ਅੱਛਾ, ਜਿਕਣਾ ਬਾਬੇ ਬਦੀਸ਼ ਦਾ ਮੇਲਾ, ਸਾਡਾ ਜਿਹੜਾ ਲੁਧਿਆਣੇ ਬਾਬੇ ਦਾ ਨਹੀਂ ਬਦੀਸ਼ੇ ਦਾ ਮੇਲਾ, ਉੱਥੇ ਲੁਧਿਆਣੇ ਰੋਸ਼ਨੀ ਲੱਗਦੀ ਸੀ। ਉੱਥੇ ਸਿੱਖ ਆਉਂਦੇ ਸੀ, ਸ਼ਰਾਬਾਂ ਪੀ ਕੇ, ਬੱਕਰੇ ਬੁਲਾਉਣੇ, ਹਰ ਕੰਮ ਕਰਨਾ। ਉਹ ਕਿੰਨਾ ਕੁ ਸੀ ਤੁਹਾਡੇ ਤੋਂ ਲੁਧਿਆਣਾ? ਲੁਧਿਆਣਾ ਇੰਨਾ ਕੁ ਲਾ ਲਾ ਵੀ ਉਹ 5-6 ਕੋਹ ਕਹਿੰਦੇ ਸੀ। ਅੱਛਾ, ਆਹ ਹੁਣ ਤਾਂ ਦੇਖ ਲਾ ਵੀ ਆਹ ਬਣਿਆ ਦੂਆ ਸਿਸਟਮ, 5-6 ਕੋਹ। ਅੱਛਾ, ਤੇ ਮੇਲੇ ਵਿੱਚ ਕੀ ਕੁਛ ਹੁੰਦਾ ਸੀ? ਮੇਲੇ ਵਿੱਚ ਬਹੁਤ ਕੁਛ ਹੁੰਦਾ ਸੀ। ਹਾਂਜੀ, ਸਿਆਣੇ ਜਾਂਦੇ ਸੀ, ਦੇਸੀ ਘੇ ਦੀਆਂ ਮਿਠਾਈਆਂ ਹੁੰਦੀਆਂ ਸੀ। ਅੱਛਾ, ਸਾਡੇ ਸਿਆਣਿਆਂ ਨੇ ਜਾਣਾ ਲੈ ਕੇ ਉਹਨੇ ਸਿੱਖਾਂ ਦੇ ਸ਼ਰਾਬਾਂ ਪੀਣੀਆਂ, ਸ਼ਰਾਬਾਂ ਪੀ ਕੇ ਉਹਨਾਂ ਨੇ ਚੋਰੀ ਕੰਜਰੀਆਂ ਦੇ ਬਾਜ਼ਾਰਾਂ 'ਚ ਜਾਣਾ। ਅੱਛਾ, ਬੁੱਗੇ ਮਾਰਨੇ ਸਿੱਖਾਂ ਨੇ। ਹੁਣ ਜਿਹੜੇ ਮੈਂ ਤੁਹਾਨੂੰ ਦੁਆਬੇ ਦੇ ਦੱਸਿਆ ਵੀ ਇਹ ਦੱਸਦਾ ਕੋਈ ਨਹੀਂ ਸੀ, ਆਹ ਭੈਣੀਆਂ ਦੱਸ ਦਿੱਤੀਆਂ ਤੁਹਾਨੂੰ, ਆਪਣੇ ਮੈਂ ਦਾਦੇ ਦਾ ਨਾਂ ਕੇਸਰ ਦਾ ਦੱਸ ਦਿੱਤਾ। ਹਾਂਜੀ, ਬਾਪ ਦਾ ਆਪਣੇ ਦਾ ਮੈਂ ਸਿਰੇਮਾਨ ਦੱਸ ਦਿੱਤਾ। ਨਾਨਾ ਮੇਰਾ ਨੰਬਰਦਾਰ ਸੀ, ਇਹ ਮੇਰਾ ਸੀ ਉਹਦੇ ਨਾਲ। ਅੱਛਾ, ਕੀਮੇ ਵਾਲੀ ਭੈਣੀ।
ਠੀਕ ਆ। ਅੱਛਾ ਅਤੇ ਉਹ ਚਮਾਰਾਂ ਦੇ ਤੁਸੀਂ ਗੱਲ ਦੱਸ ਰਹੇ ਸੀ, ਉਹ ਦੱਸੋ ਉਹਨਾਂ ਦੀ ਕੁੜੀਆਂ ਦੇ ਨਾਮ ਨੂੰ। ਮੈਂ ਹੁਣ ਜਵਾਬੇ ਦਾ ਜੀ ਮੈਨੂੰ ਕੁੜੀਆਂ ਦਾ ਪਤਾ, ਮੈਂ ਹੁਣ ਤੈਨੂੰ ਭੈਣੀ ਦੇ ਕੁੜੀਆਂ ਦਾ ਚਮਾਰਾਂ ਦਾ ਨਾਮ ਦੱਸ। ਹਾਂਜੀ ਉਹ ਦੱਸੋ ਉਹਨਾਂ ਦਾ। ਉਹ ਸੀਗੇ ਜੀ ਇੱਕ ਰੱਤੂ, ਇੱਕ ਰੱਤੂ ਜਮਾਲ ਸਾਡੇ ਮੇਰੇ ਭੇਜ ਨਾਲ ਸਾਂਝੀ ਰਹਿੰਦੇ ਸੀ, ਰੱਤੂ ਫੱਤੂ ਨੱਥੂ ਇਹ ਤਿੰਨੇ ਭਾਈ ਸੀ। ਅੱਛਾ। ਉਹ ਕੁੜੀ ਨਾਲ ਸੀਗਾ ਮੜੀ ਕਹਿੰਦੇ ਸੀ ਕੁੜੀ ਨੂੰ। ਅੱਛਾ। ਉਹ ਇੱਕ ਜਿਹੜਾ ਇੱਕ ਆਪਣੇ ਸਰਦਾਰਾ ਸੀ, ਇੱਕ ਮਕਸਿਆਰਾ ਸੀ ਰੱਤੂ ਦਾ ਮੁੰਡਾ। ਅੱਛਾ। ਅਤੇ ਇੱਕ ਸੀਗਾ ਪਿਆਰਾ, ਅਤੇ ਉਹ ਕੁੜੀ ਦੇ ਨਾਂ ਸੀਗਾ ਮੜੀ, ਇੱਕ ਨਾਂ ਇੱਕ ਨਾਂ ਸੀ ਸੁੜਕੀ। ਉਹ ਦੇ ਲਾ ਵੀ ਰੱਤੂ ਫੱਤੂ ਨੱਥੂ ਬਾਜ ਚਮਾਰ। ਅੱਛਾ। ਬਾਜ ਚਮਾਰ ਸੀ ਉਹਨਾਂ ਦੇ, ਜੁੱਤੀਆਂ ਕੱਢਦੇ ਹੁੰਦੇ ਸੀ ਜਿਹੜੇ। ਠੀਕ ਆ। ਇਹਨਾਂ ਦੇ। ਅੱਛਾ। ਅਤੇ ਉਦੋਂ ਪਿੰਡ ਵਿੱਚ ਕੋਈ ਸਿੱਖ ਨਹੀਂ ਸੀ ਰਹਿੰਦੇ? ਨਾ ਕੋਈ ਸਿੱਖ ਨਹੀਂ ਸੀ। ਅਤੇ ਨਾ ਕੋਈ ਹਿੰਦੂ ਸੀ? ਨਾ। ਹੁਣ ਸੁਣ ਲਾ ਤੂੰ, ਭੈਣੀ ਜਾਂ ਇੰਟਰਵਿਊ ਲੈਂਦਾ ਨਾ ਤੂੰ? ਹਾਂਜੀ ਭੈਣੀ ਦਾ ਦੱਸੋ। ਭੈਣੀ ਦਾ ਸੁਣ ਲਾ ਹੁਣ ਤੂੰ। ਭੈਣੀ ਵਿੱਚ ਸੀਗੇ ਦੋਵੇਂ ਪੇ ਪੁੱਤ ਹਿੰਦੂ। ਅੱਛਾ। ਅੱਜ ਕੱਲ੍ਹ ਹਿੰਦੂ ਸਿੱਧ 'ਚ ਨਹੀਂ ਰਹਿੰਦੇ। ਹਾਂਜੀ ਹਾਂਜੀ। ਉਹ ਠਾਕਰ ਸੀ, ਉਹਦੀ ਬੋਧੀ ਦੇਖੀ, ਉਹਦੇ ਪੁੱਤਰ ਸੀ ਖੁਸ਼ੀਆ। ਅੱਛਾ। ਆਰਨ ਜਿਹੜੀ ਲੋਹੇ ਦੀ ਹੁੰਦੀ, ਉਹਦੇ 'ਚੋਂ ਫਾਲੇ ਕੁੱਟਦੇ ਸੀ। ਹਾਂਜੀ। ਉਹਦੇ ਬਾਪ ਨਾਲ ਸੀਗਾ ਠਾਕਰ, ਉਹਦੀ ਬੋਧੀ ਉਹਦਾ ਪੁੱਤ ਸੀ, ਉਹਦੇ ਨਾਲ ਸੀਗਾ ਖੁਸ਼ੀਆ। ਅੱਛਾ। ਉਹਦੀ ਜਿਹੜੀ ਬੀਵੀ ਸੀ ਉਹਦੇ ਨਾਲ ਸੀਗਾ ਮਾਇਆ। ਅੱਛਾ। ਅਸੀਂ ਐਡੇ ਐਡੇ ਨਿਆਣੇ ਹੁੰਦੇ ਸੀ। ਅੱਛਾ। ਕਿੰਨੀ ਕੁ ਉਮਰ ਸੀ ਤੁਹਾਡੀ? ਉਮਰ ਮੇਰੀ ਹੋਊਗੀ 10-11 ਸਾਲ ਦੀ। ਅੱਛਾ। ਮਾਲਕ ਵੀ ਮੈਨੂੰ ਹੋਸ਼ ਸੀ। ਅੱਛਾ। ਹਾਂਜੀ। ਉਹਨਾਂ ਦੀ ਗੱਲ ਸੁਣਾਓ ਜਿਹੜੀ ਮਾਇਆ ਦੀ ਗੱਲ ਸੁਣਾਉਣ ਦੇ ਸੀ। ਮਾਇਆ ਦੀ ਤੈਨੂੰ ਮੈਂ ਦੱਸਦਾ ਵੀ ਠਾਕਰ ਲੋਹਾਰ ਸੀ, ਉਹਦਾ ਪੁੱਤ ਸੀ ਖੁਸ਼ੀਆ। ਹਾਂਜੀ। ਉਹਦੀ ਨੋਂ ਸੀ ਮਾਇਆ। ਅੱਛਾ। ਹਿੰਦਣੀ ਖੁਸ਼ੀਏ ਦੀ ਬੁੱਢੀ? ਖੁਸ਼ੀਏ ਦੀ ਬੁੱਢੀ ਠਾਕਰ ਦੀ ਨੋਂ। ਹਾਂ ਉਹਦੀ ਪਤਨੀ। ਹਾਂਜੀ ਪਤਨੀ। ਚਲੋ ਹੁਣ ਠੀਕ ਆ। ਅੱਛਾ। ਇਹ ਹੁਣ ਜਿਹੜੇ ਮੈਂ ਤੈਨੂੰ ਇਹਦੇ ਨਾਮ ਦੱਸਤਾ ਵੀ ਇੱਕ ਨਾਂ ਸੀਗਾ ਪਿਆਰਾ, ਇੱਕ ਨਾਂ ਸਰਦਾਰਾ, ਅਤੇ ਰੱਤੂ ਫੱਤੂ ਨੱਥੂ ਇਹ ਸਾਡੇ ਬਾਪ ਨਾਲ ਮੇਰੇ ਨਾਲ ਸਾਂਝੀ ਰਹੇ ਨੇ। ਅੱਛਾ। ਉਹਨਾਂ ਤੋਂ ਇੰਟਰਵਿਊ ਦੱਸਦੀ ਵੀ ਰਾਣਾ ਸਿਰੇਮਾਨ ਦਾ ਮੁੰਡਾ ਇਬਰੇ ਦਾ ਦੋਤਾ। ਠੀਕ ਆ। ਅੱਛਾ। ਅਤੇ ਉੱਥੇ ਪਿੰਡ ਵਿੱਚ ਪਾਣੀ ਪੂਣੀ ਕਿੱਦਾਂ, ਖੂਹਾਂ ਤੋਂ ਪਾਣੀ? ਹੁਣ ਸੁਣ ਲਾ ਤੂੰ ਗੱਲ। ਹਾਂਜੀ। ਉੱਥੇ ਬਾਈ ਜੀ ਬੀਜਦੇ ਹੁੰਦੇ ਸੀ ਮਾਰੂ। ਅੱਛਾ। ਮੀਂਹ ਪੈ ਜਾਣੇ ਸੁਹਾਗੇ ਮਾਰਨੇ ਚਵਲਦੇ, ਰੋਜ਼ੀ ਦੇਣੀ, ਫਿਰ ਉਹ ਪੋਰ ਹੁੰਦਾ ਸੀ ਇੰਨਾ, ਉਹਨਾਂ ਫਿਰ ਕਣਕ ਘੇਰਦੇ ਸੀ ਇੱਦਾਂ ਮੁੱਠੀ ਜਿਹਾ ਪਾ ਕੇ ਇੱਦਾਂ। ਅੱਛਾ। ਅੱਜ ਕਿ ਚਿਲ ਮਾਂ ਪੋਰ ਲਾ ਲਾ ਇਹਦੇ ਚੱਕਰ। ਬਾਕੀ ਸੀਗੀਆਂ ਇੰਨੀਆਂ ਇੰਨੀਆਂ ਕਿਆਰੀਆਂ ਬਣੀਆਂ ਹੋਈਆਂ। ਅੱਛਾ। ਅੱਜ ਕਿਹੜਾ ਇੱਥੇ ਆਪਾਂ ਬੈਠੇ ਜੇ ਕਿਹੜਾ ਟਾਇਰ ਪੈ ਦੇ ਖੂਹਾਂ ਦੀ, ਖੂਹਾਂ ਦਾ ਤੈਨੂੰ ਪਤਾ ਵੀ ਰੱਬੇ ਦਾ ਸਿਆਣਿਆਂ ਨੇ ਮੋੜ ਲੈਣਾ। ਅੱਛਾ। ਸਾਡਾ ਸੀਗਾ ਭੈਣੀ ਕੀਮੀ ਵਾਲੀ ਖੂਹ ਇੱਕ ਲੱਗਿਆ ਆ, ਇੱਕ ਸੀਗਾ ਪੱਸੀਆ ਸਾਡਾ ਰਕਬਾ, ਜੇ ਕਿਹੜਾ ਇੱਕ ਲਾਲਾ ਬਿੱਠਾ ਲਮਾਵਾਂ। ਅੱਛਾ। ਪੱਸੀਏ ਜਲਾਲੀਆ, ਉਹਦੇ ਕੋਲ ਦੀ ਜਾਂਦਾ ਸੀ ਦਰਿਆ ਬੁੱਢਾ ਬੋੜੇ ਪਿੰਡ ਸੀ ਇੱਕ। ਅੱਛਾ। ਸਾਡੀ ਫੁੱਫੀ ਵੀ ਇਹੀ ਸੀ। ਅੱਛਾ। ਬਾਕੀ ਨੇ ਤੈਨੂੰ ਮੈਂ ਪਿੰਡ ਦੱਸਿਆ ਵੀ ਸਾਲੂ ਵਾਲੀ ਭੈਣੀ, ਕੀਮੀ ਵਾਲੀ ਭੈਣੀ, ਦੁਆਬਾ ਨੱਥੂ ਵਾਲੀ ਭੈਣੀ, ਕੀਮੀ ਵਾਲੀ ਭੈਣੀ, ਇਹ ਪਿੰਡ ਸਾਡੇ ਆਲੇ ਦੁਆਲੇ ਸਾਲੂ ਵਾਲੀ ਭੈਣੀ। ਅੱਛਾ। ਹਾਂਜੀ। ਆਹ ਤੈਨੂੰ ਮੈਂ ਚਮਾਰਾਂ ਦੇ ਨਾਲ ਦੱਸ ਦਿੱਤੇ ਅਤੇ ਇਹ ਹੁਣ। ਅੱਛਾ। ਨਹੀਂ ਉਹ ਤੁਸੀਂ ਦੱਸੋ ਨਾ ਕਿ ਜ਼ਮੀਨਾਂ ਨੂੰ ਪਾਣੀ ਪੂਣੀ ਕਿੱਦਾਂ ਲਾਉਂਦੇ ਸੀ? ਪਾਣੀ ਲਾਉਂਦੇ ਸੀ ਸਿਰਫ ਉਹ ਨਾ ਚੱਲਦਾ ਸੀ ਖੂਹ ਟਿੰਡਾ ਵਾਲਾ। ਅੱਛਾ। ਟਿੰਡਾ ਵਾਲਾ ਕਿਤੇ ਦੇਖਣਾ ਤੂੰ ਇੰਟਰਵਿਊ, ਟਿੰਡਾ ਦਾ ਖੂਹ ਹੁੰਦਾ ਸੀ, ਉਦੋਂ ਪਾਣੀ ਦਿੰਦੇ, ਉਹਦੇ ਮੂਹਰੇ ਬਣਿਆ ਹੁੰਦਾ ਸੀ ਔਲੂ ਬਹੁਤ, ਇੱਥੇ ਦੇ ਖੋਪੇ ਦੇ ਉੱਥੇ ਤੱਕ ਪਜਾਲੀ ਜੋੜ ਕੇ ਇੱਦਾਂ ਟੱਲਾ ਪਾਉਂਦੇ, ਮਗਰ ਬੰਦਾ ਹੱਕਦਾ ਸੀ। ਅੱਛਾ। ਉਹ ਹੁੰਦਾ ਸੀ ਬੂੜੀਆ ਏਕੜ, ਜਾਂ ਕਿਤੇ ਬੱਕਰੀਆਂ ਭੇਡਾਂ ਨੇ ਪਾਣੀ ਪੀਣਾ ਉਹਨਾਂ ਨੇ ਨਾ, ਫਿਰ ਇੱਦਾਂ ਪਾਣੀ ਲਾਉਣਾ ਵੀ ਜੇ ਬੂੜੀਆ ਨਿਕਲ ਗਿਆ ਤਾਂ ਲੱਤ ਲੱਤ ਟੁੱਟ ਜਾਵੇ। ਅੱਛਾ। ਬਾਕੀ ਉੱਥੇ ਰਿਜ਼ਕਾਂ ਦਾ ਬੜਾ ਦਿੰਦਾ ਸੀ, ਹੁਣ ਤਾਂ ਜਿਹੜੀ ਉਹ ਇਲਾਕਾ ਕਸ਼ਮੀਰ ਬਣਿਆ ਇੰਡੀਆ ਦਾ। ਬੜੀ ਗੱਲ ਆ ਜੀ। ਅੱਛਾ। ਤੁਸੀਂ ਕੋਈ ਪੜ੍ਹੇ ਵੀ ਹੋ? ਨਹੀਂ ਨਾ ਪੜ੍ਹਵਾ। ਠੀਕ ਆ। ਹਾਂਜੀ। ਅਤੇ ਘਰਦਿਆਂ ਨੇ ਪਾਇਆ ਹੀ ਨਹੀਂ ਸੀ ਸਕੂਲ? ਨਹੀਂ ਮੈਂ ਬੱਚਾ ਸੀ ਦੱਸਾ ਕਹਿੰਦਾ ਮੈਨੂੰ ਨਹੀਂ ਪੜ੍ਹਨ ਪਾਇਆ। ਅੱਛਾ। ਹਾਂਜੀ। ਉਦੋਂ ਯਾਨੀ ਪੜ੍ਹਨ ਦਾ ਰਿਵਾਜ਼ ਨਹੀਂ ਸੀ ਨਾ? ਹੈ ਨਹੀਂ ਸੀ ਉੱਥੇ। ਅੱਛਾ। ਉੱਦਾਂ ਕਿਸੇ ਲਾਗੇ ਕਿਸੇ ਪਿੰਡ ਵਿੱਚ ਸਕੂਲ ਹੁੰਦਾ ਸੀ? ਨਾ ਕੋਈ ਨਹੀਂ ਸੀ, ਇੱਕ ਮੋਹਣਾ ਬਾਹਮਣ ਹੁੰਦੇ ਸੀ ਸਾਲੂ ਵਾਲੀ ਭੈਣੀ। ਅੱਛਾ। ਜੇ ਕੋਈ ਕਿਸੇ ਚਿੱਠੀ ਖਾਦੇ ਤਾਂ ਮੋਹਣਾ ਬਾਹਮਣ ਹਿੰਦੂ ਸੀ, ਉਹਦੇ ਕੋਲੋਂ ਚਿੱਠੀ ਪੜ੍ਹਾ ਕੇ ਲਿਆਉਂਦੇ ਸੀ। ਅੱਛਾ। ਉਹ ਬਾਹਮਣ ਕਿੱਥੇ ਤੁਹਾਡੇ ਲਾਗੇ ਹੀ ਸੀ ਰਹਿੰਦਾ ਕਿਤੇ? ਯਾਰ ਇੰਨਾ ਜਿੱਕ ਬਾਬੇ ਦਾ ਦਰਬਾਰ ਆ ਦੇ। ਅੱਛਾ। ਥੋੜ੍ਹਾ ਹੀ ਦੂਰ ਸੀਗਾ ਯਾਰ, ਮੈਂ ਕਹਿੰਦਾ ਬਰਬੇ ਦਾ ਫਾਸਲਾ ਹੁਣ ਸੀ ਆ ਬੈਠੇ ਨਾ ਕਿਲੇ 'ਚ, ਆ ਸਾਡਾ ਪਿੰਡ ਇੱਕ ਮਰੱਬਾ ਇੱਥੋਂ। ਠੀਕ ਆ। ਆਪਾਂ ਜਿਵੇਂ ਕਿਲੇ 'ਚ ਬੈਠੇ ਹਾਂ ਅਤੇ ਇਹ ਦੇਖ ਲਓ ਕਿ ਪੜ੍ਹੇ ਲਿਖੇ ਬੰਦੇ ਦੀ ਕਿੰਨੀ ਕਦਰ ਹੁੰਦੀ ਸੀ, ਖੱਤ ਜਾਣਾ ਅਤੇ ਉਹਦੇ ਉਸ ਬੰਦੇ ਕੋਲ ਜਾ ਕੇ ਪੜ੍ਹਾਉਣਾ। ਉਸ ਬਾਹਮਣ ਮੋਹਨ ਸਿੰਘ ਕੋਲ ਜਾ ਕੇ ਲੋਕ ਖੱਤ ਚਿੱਠੀ ਜਦੋਂ ਉਦੋਂ ਪੜ੍ਹਾਉਂਦੇ ਸੀ, ਕੋਈ ਪੜ੍ਹਿਆ ਨਹੀਂ ਸੀ, ਚਾਹੇ ਸੀ ਸਕੂਲ ਹੁੰਦੇ ਸੀ ਸਿੱਖਾਂ ਦੇ 'ਚ। ਅੱਛਾ। ਹਾਂਜੀ। ਸਹੀ। ਆਪਣੇ ਲਾਗੇ ਸ਼ਹਿਰ ਕਿਹੜਾ ਲੱਗਦਾ ਸੀ? ਲੁਧਿਆਣਾ। ਅੱਛਾ। ਅਤੇ ਘਰ ਦਾ ਸੌਦਾ ਪਤਾ ਉਹ ਪਿੰਡ 'ਚੋਂ ਹੀ ਲੱਭ ਜਾਂਦਾ ਸੀ ਜਾਂ ਕਿੱਥੇ ਕਿੱਥੋਂ ਲਿਆਉਂਦੇ ਹੁੰਦੇ? ਉੱਥੇ ਜਿਹੜੀ ਸਾਡੇ ਪਿੰਡ ਮਰਾਸੀ ਸੀ, ਆਲਮੋਸਟ ਦੀ ਦੁਕਾਨ ਤੋਂ ਸੌਦਾ ਲੈਂਦੇ ਸੀ। ਅੱਛਾ। ਉੱਥੋਂ ਸਾਰਾ ਕੁਛ ਲੱਭ ਜਾਂਦਾ? ਸਾਰਾ ਕੁਛ ਉੱਥੋਂ ਲੱਭ ਲੈਣਾ, ਇੰਨੇ ਖਰਚੇ ਹੈ ਨਹੀਂ ਸੀ। ਅੱਛਾ। ਆਲਮ ਮਰਾਸੀ ਉਹਦਾ ਮੁੰਡਾ ਸੀ ਬਸ਼ੀਰ। ਠੀਕ। ਇੱਕ ਉਹਦਾ ਭਾਈ ਸੀ ਅਲੀਆ। ਠੀਕ ਆ। ਉਸ ਆਲਮ ਦਾ
दुकान पर नहीं की हूँ तो खर्चे बहुत ज्यादा खर्चे कुछ माड़ा मोटा सही। अच्छा अपने पीर जो बुजुर्ग ने उन्होंने बारे दसो। वो पढ़ते सी मीए कहते उन्होंने बोड़े वाले मीए उन्होंने को बच्चा पढ़ता सी। अच्छा वो बच्चा निकाला से उन्होंने देख लिया उन्हें किसी बंद कहा जी कि तू मैं कह दूँ उन्हें कहा भी यार गरचे पिंड से गरचे पिंड। अच्छा साहब बना गरचे पिंड से पता नहीं हिंदुओं का की सी वो मियाँ साहब कह लगा उन्होंने गरचे वाले पिंड वाले बंद भी आप फतेहदीन से मुंडे दिन। अच्छा भी यह घोड़ी नहीं लियाने टांडे चढ़ी दे टांडे वो गया जाके ना वो फतेह सारे बहरे पा लिया। अच्छा भी पच्ची जिन्ने से जो सवेर है मियाँ साहब तुम को गड्ढा तोड़िया से कहता नहीं है कि फतेह फतेह गया से। अच्छा मियाँ से निकाले मियाँ ने कह लिया भी जोड़ा बंदा मियाँ भी निकाला से उसे भी रब की सामने दरवेश उनके जरा न्याणा लोटे च बढ़ जाए मैं मान लो। अच्छा वो मियाँ कहता भी जोड़ा न्याणा लोटे च बढ़ जाए उन्होंने मैं मान लो। हाँ हूँ निका जहा लोटा तो वो न्याणा कि बढ़ सकता वा वो बढ़ गया जी। अच्छा हूँ कि बढ़िया वो हम बढ़िया बढ़ गया बेचो तो बढ़ के लग पे उन्होंने कीलण। अच्छा मियाँ उन्होंने फतेह मंद कीलन ला पिया। अच्छा उन्हें कहा मैं तेन साड़ देना मैं तेन ए कर देना उन्हें कहा जी भी तुम मैं साड़ो ना जब थोड़ी एक बाबे सरकार का मेला बड़ी शेर का भी जब थोड़े मेला लगे करूँ मैं आके अंब की या जामन की डाली भरिया करूँगा। अच्छा नेरी बन गया जिकड़ा श्री है उसे भी जब लोग कोई पानी पिला गई कुड़िया एक भी जिकड़ा टिब्बा। अच्छा आ मैं देख ला हा कुड़िया ने छी छी मैं जाके लग गई जामन। अच्छा उन्हें चक्की चाके मैं गाटे पर मारी। अच्छा आ मैं मणका टुट गया वो फिर लोग जिस बार पानी पिलाने से मियाँ के होजरे वाल कुड़िया मुड़िया बंदे खड़ते थे। अच्छा जिकड़ा डिगी नहीं एक वो भाई जी मीए बड़ी करनी वाले से। अच्छा वो फिर जोड़ा से ना मीए हाँ जी उन्होंने सी को पीर हाँ जी हाँ जी कहना सी भी पीरा मैनू मरीज कर ला पीरा मैनू मरीज कर ला। अच्छा कहना मैनू पीरा पीर कर दे पीरा मैनू पीर कर दे। अच्छा वो जोड़ा बजुर्ग से उन्हें कह जा सत पुस्तक थोड़े दरवेश नहीं जाती। अच्छा जोड़ा बजुर्ग से वो जो कह भी पीरा मैनू पीर कर दे कहना भी थोड़े सत पुस्तक दरवेश नहीं जानी। अच्छा सस पुता थोड़े खानदान से रहूगी बड़ी करनी वाले मीए होए है बाकी इधर है कोई मर गिल गया सही बोड़े पिंड से। अच्छा वो पिंड बोड़ा से। हाँ बोड़े बोड़े। अच्छा जेड़ा तो उन्होंने लोटे च बंद किया जिन से वो जिन से। अच्छा ना वो फतेह मंद रखा सी मीए भी निकाले से उन्हें कहा मैं मान लू भी जो लोटे च बढ़ जाए। अच्छा यानी कि वो बच्चा बन गया तो उन्होंने को पढ़ता सी पढ़ता सी। हाँ जी वो पढ़िया उन्हें जिस बाब कहा ना गरचे पिंड भी महारे घोड़ी लिया सारी चक लिया। अच्छा फिर पता लगा कि यानी कि यह कोई बाहर की शायद मीए निगा उन्हें कहा न्याणे पढ़े जाना न्याणा लोटे च बढ़ जाए वो लोटे च बढ़ गया वो भी जिन से वो भी मियाँ भी पढ़िया लिखा से। उन्हें कहा मैं तेनों सड़ने कहा जी मैंने साड़ो ना उन्हें कहा जब थोड़ा मेला रोशनी होगी भी मैं थोड़ी जामन की डाली भनिया करूँ। अच्छा जामन लगी नहीं जामना खाई दी। अच्छा अच्छा रोशनी मेला लगता मेला लगता सी बोड़ी पिंड। अच्छा जिकड़ा बाबे का एक दिन मैं गई वो जाके उन्हें ना जामन सिर ला लिया। अच्छा उन्हें चक्की चाके मैं धौन बार मारिया अज कड़ा झोटी गए उसका मणका टुट गया फिर जब कुड़ियां बंदे पानी पिलाते मीए के हो जाए जरा कहता हा। अच्छा एक मुगले जाके खड़ते। अच्छा तो अपना ये दसो कि जो फिर उजाड़े पे ने जो पाकिस्तान बनना से कि चेर पहला पता लग गया कि पाकिस्तान बन दिया वा तो सू इधर इलाके छड़ के उधरली साइड से जाना पैना वा ये भी सुन ला। हाँ जी ये जब चमार गल करते कनापा बैठे हम। हाँ जी कहना रद्दो बदल हो जाए चमारा ने कहना उन्होंने पता सी। अच्छा चमारा ने दसना चमारा ने कहना भी रद्दो बदल मुल्कों की हो जाए सियाड़ा ने पढ़ा अन्या की पता कहना गिटल जमार की करते। अच्छा सियाने ने उन्हें जमारा गालां कढ़नियां भी सारे गिटल की करते यह पता सी सिखा भी रद्दो बदल हो जाए। अच्छा फिर आ लारा तो आ बाबे का हा दरबार आ 301 आ 303 पैड़े वाला बुजे वाली आ 98 वा। हाँ जी एक बाई जी फिर अगर लगन लग गई। अच्छा असं फिर भांडे बोरिए मिसरे चके भी 99 जा गए वो कहते कुड़ी जो आप तुसी तुरे फिर तुसी सानू भी जानना जब अगर लगन लग गई सिख फिर लग गए वो फिर कहना तुसी भी जान लो तुसी मका गई है जी भी असं आए हैं फिर गाफलिया का। अच्छा गड्डिया से दादा से अपना चढ़ाता अखा तो बशीर से मोगा इंडिया का हले भी मशहूर है। अच्छा
जा नहीं सकता। उन्होंने कहा चौरी तेरी पिछू लाइट मर गई अखा। अच्छा, दादा मेरा चौरी आदमी सी। अच्छा, ये दसो कि मतलब जो तुम पिंडों तुरे हो तो कड़ा वेला कदों निकले सी, शाम का वेला सी या सवेर का वेला सी? असी निकले हाँ शाम को। अच्छा, तो गड्डिया तो निकले सी, पैदल निकले सी? असी उस वेले तो गए हाँ पैदल तुर के। अच्छा, घर के किन्ने जी सन? घर के जी तो साढ़े ही सके, भी एक मेरा बाल से, एक मेरी माँ से, एक मैं से, एक मेरी भैन से, एक मेरा भाई से, एडे एडे से। अच्छा, मैं उन्होंने तो बड़ा से। ठीक है। असी बोड़िया गए, बोड़िया तो चोरी जी जिस बाग तो हो गया भी अग लग गई चार चपेरे, अगर अगर सिख लग गया फिर उतों फिर असी आ गया कंप लुधियाने। अच्छा, तो अपने पिंड से हमला कोई नहीं हो? ना, बिल्कुल नहीं। साडा जरा इलाका से सारा मनमान। अच्छा, उतो खैरी मेरी निकल आए? खैरी मेरी पर टगे बच्चे गाइया जो चीजा से सब छे कोई नहीं लेके। अच्छा, समान फिर कोई चुकया? ना, कोई शायद नहीं चुकी। जी कोई पैसा से डूबो चुकी है दादे ने, साडी दादी ने। अच्छा हाँ, कोई नहीं चुकया। अच्छा, उतो गड्डियों फिर गड्डिया बह के फिर तुरे? गड्डिया बह के असी आ गया कंप च लुधियाने च। अच्छा, वो बोड़े पिंड तुम दस्या वा? हाँ जी, बोड़े पिंड, बोड़े। अच्छा, जिते मियाँ रोशनी लगती से उत्थे साडी फुफी ब्याही सी। अच्छा, फुफी वाल रहे सी? हाँ, फुफी वाल। उत्थे किन्ने दिन रहे सी? उत्थे तो रहे असी पांच चार दिन रहे हैं। अच्छा, पांच चार दिन रह के असी चोरी जी आ गया लुधियाने कंप च बह गए आके। अच्छा, उत्थे फिर सीधे तुम लुधियाने आए हो? हाँ, लुधियाने आके कंप च बह गया, कंप लग गया सारा जिक्र हुण अपने आप बाबे दा मेला। अच्छा, राह विच किसे पिंड च ते नहीं सी फिर खलोते जदों? ना, किते नहीं खलोते, बोड़े तो आके सीधे कंप च आ गए। अच्छा, उत्थों फिर तुहाडी फुफी वी तुहाडे नाल तुरी सी? साडी फुफी वी साडे नाल आ गई, साडा फुफड़ वी आ गया, साडी फुफी दे पंज पुत्तसी ओह वी आ गया, मैं वी आ गया, मेरा बाप वी आ गया, मेरी माँ वी आ गई। अच्छा, जिहड़ा अपना बोड़ा पिंड सी उत्थे वी खैरी मेरी रहा? उत्थे वी कोई? मैं क्या जिहड़ा हुण तैनूं मैं दस्सदा शॉर्टकट जी गल करदा। हाँ जी, जिहड़ा साडा इलाका सी ना लुधियाने दा, ओह कोई बड टुक नहीं, बड़े अमन अमान आए। अच्छा, जिस बाद गाफले आए आ गड्डिया ते लद्दे सी समान को दाले उरे परे, फिर सिख पैंदे सी मंझां नूं। अच्छा, चंगी मैं नूं, चंगे बड़ू चंगी कुड़ी नूं पैंदे। अच्छा हाँ जी, इस वेले दहशत करनी फौजियां ने, कहना चाहिए था अपना रोटी टोक पकावो। अच्छा, जे जाते अज कड़ा आखे नहीं पते आए पे। हाँ जी, तो सिख कुड़ी जो मारते सी उतों फिर गाफले असी आ गया। हाँ जी, कैंप में किन्ने दिन रहे? कैंप के बच्चे रहे असी पंद्रह बीह नूं सुन ली तू। अच्छा, आह कैंप ला ला जी, आह कैंप बैठे तेनों दस दे। कोल नहीं जाती थी पक्की सड़क, तू हसना तेरे च मेरी जगह चौब, मेरी गल बेड़ा कर कर करो। सिख जेडे साई वाले गए आ। अच्छा, उन्होंने चोरी समान रखा सी, दाने कोई मिठा कोई कुछ, उन्होंने घोड़ियां बनिया सी मगर जहाँ न्याणे पता घोड़ियां सी मरबे पाल। अच्छा, साई वाले जिले च घोड़ियां मरबे पाल ने, जब सानू इन्ना पता नहीं सी। अच्छा, साई वाल जेड़ा पाकिस्तान च? हाँ जी, हाँ यार। अच्छा, पाकिस्तान च। मैं कहना तू भी एवं पढ़िया है जी इतना समान पक्की सड़क पिंडा नू जांदे सी। अच्छा, ओ नहीं मारदा क्यों गंदी गंजल पाउंदे ओ भाई जी? एक चले गया भी जिथे उन्हां नू पिंड कोई मिलिया उथे बह गया। अच्छा, असी जिस वक्त आ गया असी अपना दादा चढ़ाया 200 रुपया चांदी का दे के गड्डी च। अच्छा, एक मेरा चाचा सी फतेह, वह तो रोई जाना इतने पाकिस्तान च भी कंप से गोली चल गई। अच्छा, असी रोईए भी अंबरसर गोली चल गई भी उत्थे वह गड्डी मार दिती। अच्छा, हूँ सुन ला तू गल, वह सी मिलिट्री डोगरिया दी, इन्ने इन्ने डोगरे। अच्छा, जब असी गड्डी च आए गड्डी सी खनी माल गड्डी। अच्छा, उन्होंने ये गल कही भी जेड़ा सिखा ने पाया छप्पड़ा च आज एक डिगी छप्पड़ नलकें च जहर पाई ने, उन्हें कहा साड़ी इजाजत ना जाऊगा तो एक दे दो लवेंगे चार लवेंगे, जो सा बगैर इजाजत होगी उन्होंने असी नहीं पूछना। अच्छा, जब सिख सी ड्राइवर उन्हें जा आके खड़ी की थी भाई जी, उन्होंने छिट्टा ही दिता अज एक हूँ नहीं कहना ब्रैस्ट मारे। हाँ जी, हाँ जी, इदा एक फौजी साढ़े उतरे हूँ जब तेना पता नहीं सी। अच्छा, जिस बार उतरिया उन्हें एक ने किया एक ने आ मशीन को तुर के आया। अच्छा, और बन तक जिक बेरी बेरी जान ना जे बेरी के बेर खाई। हाँ जी, हाँ जी, बेरी वो ऐ सिख डिगे जिक डिगड़ का हक होता। अच्छा, उन्हें फिर ड्राइवर ने कहा उदा कि उन्हें कहा बाघा बार्डर जाके तुम गड्डी खड़ी करनी है। अच्छा, वो कहते असं आप ही चला जाते हैं गड्डी साड़ी चली आ गया बाघा बार्डर जिदाबाद उत्थे चौधरी रोटियां छोले तंदूर। अच्छा, सानू मिले ने असी रहे लाहौर जब कह रहे सी भी बार्डर से सानू दिंदे सी मुसलमान घोड़ी कि मैं बॉर्डर भी इत्थे रहो। अच्छा, सियाने कहते सी भी बार्डर से जंगा लगनी असी नहीं रहना है।
ਅੱਛਾ ਅਸੀਂ ਰਹੇ ਹਾਂ ਚੋਰੀ ਜੀ ਲਾਹੌਰ ਲਾਹੌਰੋਂ ਆ ਗਿਆ ਸੀ ਆ 94 ਹਾਂ ਆਨੇ ਪੱਕੇ ਕੋਲ ਗੋਲ ਹਾਂਜੀ ਹਾਂ 94 ਹੈਗਾ 94 ਹੈਗਾ ਇੱਥੇ ਆ ਗਿਆ ਠੀਕ ਹੈ ਇੱਥੇ ਭਰਿਆ ਸੀ ਅੰਦਰ ਕੇ ਕਪਾਲਾ ਉਵੇਂ ਪਿਆ ਸੀ ਸਾਡੀ ਫੁੱਫੀ ਨੇ ਜਿਹੜੀ ਮੋਟੀ ਕਣਕ ਸਿੱਖਾਂ ਦੀ ਜਿਹੜੀ ਨਾ ਇਕੱਠੀ ਕੀਤੀ ਅੱਛਾ ਸਾਡਾ ਦਾਦਾ ਆ ਕੇ ਬਹਿ ਗਿਆ ਇਸ ਪਿੰਡ 'ਚ ਇਸ ਪਿੰਡ ਦੇ ਬੰਦੇ ਕਹਿੰਦੇ ਵੀ ਤੁਹਾਡਾ ਦਾਦਾ ਤਾਂ ਸਿੱਧੇ 99 ਬੈਠਾ ਅੱਛਾ ਅਸੀਂ ਉੱਥੋਂ ਆਏ ਆ ਕੇ ਚੋਰੀ ਅੰਨੇ ਪੈ ਕੇ ਗੱਡੀ ਬੈਠੇ ਸੀ ਗੋਜ ਰਿਹਾ ਉੱਥੇ ਗੋਜ ਰਹੇ ਸਿੱਧੇ 99 ਜਾ ਗਿਆ ਅੱਛਾ ਅਤੇ ਉੱਥੇ ਕਿੰਨਾ ਕੁ ਚਿਰ ਰਹੇ ਸੀ 94 ਵਿੱਚ 94 ਤਾਂ ਅਸੀਂ 8-7 ਦਿਨ ਰਹੇ ਹਾਂ ਅੱਛਾ ਹਾਂ 8-7 ਦਿਨ ਰਹਿ ਕੇ ਅਸੀਂ ਸਾਨੂੰ ਦੱਸਿਆ ਨਾ ਪਿੰਡ ਦੇ ਭੁੱਖੜੀ ਦੇ ਬੰਦਿਆਂ ਨੇ ਵੀ ਤੁਹਾਡਾ ਦਾਦਾ 99 ਬੈਠਾ ਅੱਛਾ ਸਾਡੀ ਫੁੱਫੀ ਸਾਡਾ ਫੁੱਫੜ ਫੁੱਫੀ ਦੇ ਪੁੱਤ ਸਾਡੀ ਮਾਂ ਮੇਰਾ ਬਾਪ ਅਸੀਂ ਉਹ ਟੁੱਟੇ ਜਦੋਂ ਗੱਡੀ ਬੈਠੇ ਗੋਜ ਰਿਹਾ ਉੱਥੇ ਗੋਜ ਰਿਹਾ ਅਸੀਂ ਤੁਰ ਕੇ ਇੱਥੇ 99 ਆ ਗਏ ਅੱਛਾ ਹੁਣ ਇਹ ਦੱਸੋ ਕਦੀ ਉਹ ਆਪਣਾ ਪਿੰਡ ਯਾਦ ਆਇਆ ਪਿਛਲਾ ਮੈਂ ਕਹਿੰਦਾ ਪਿੰਡ ਕੀ ਯਾਦ ਆਇਆ ਮੈਂ ਕਹਿੰਦਾ ਵੀ ਮੈਨੂੰ ਜੇ ਹੁਣ ਬੰਦੇ ਕਹਿੰਦੇ ਆ ਵੀ ਅੱਲਾਹ ਖਾਨਾ ਕਾਬੇ ਲੈ ਚੱਲੀਏ ਤਾਂ ਹੁਣ ਨਿਆਣੇ ਸਜਾਈਏ ਮੇਰੇ ਇੰਨਾ ਯਾਦ ਆਉਂਦਾ ਮੈਂ ਕਹਿੰਦਾ ਵੀ ਜੇ ਸਵੇਰੇ ਪਾਸਪੋਰਟ ਹੋਵੇ ਮੈਂ ਸਵੇਰੇ ਚਲੇ ਜਾਵਾਂ ਅੱਛਾ ਅਤੇ ਇਹ ਆਪਣਾ ਕਦੀ ਸੁਪਨੇ 'ਚ ਆਇਆ ਪਿੰਡ ਬਹੁਤ ਵਾਰੀ ਅੱਛਾ ਬਹੁਤ ਸੁਪਨਿਆਂ 'ਚ ਆਇਆ ਸਹੀ ਸੁਪਨੇ ਨੂੰ ਤਾਂ ਗੁਆਤੇ ਪੁੱਤ ਤੂੰ ਚੁੱਪ ਕਰੋ ਇੱਦਾਂ ਖੇਡਣ ਬਸ ਘੱਟ ਤੂੰ ਇਹਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਮੁੱਕ ਗਈ ਜੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨਦੀਮ ਵਿਰਸਾ ਵਲੌਗਸ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਸਾਨੂੰ ਇਜਾਜ਼ਤ ਦਿਓ ਅੱਲਾ ਬੇਲੀ ਪਾਕਿਸਤਾਨ ਜ਼ਿੰਦਾਬਾਦ